ਮੈਂ ਸੁਖਵਿੰਦਰ ਸਿੰਘ ਕਲੋਤਾ ਗਰਾਊਂਡ ਰਿਪੋਰਟ ਜ਼ਮੀਨੀ ਹਕੀਕਤ ਤੋਂ ਸਕੂਲ ਆਫ ਐਮੀਨੈਂਸ ਵਿੱਚ ਖੜ੍ਹੇ ਹਾਂ। ਇਹ ਸਕੂਲ ਨੂੰ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਪ੍ਰਮੋਟ ਕੀਤਾ ਸੀ, ਜਿਸ ਦੇ ਸਰਕਾਰ ਬਹੁਤ ਸਹੂਲਤਾਂ ਦਿੰਦੀ ਹੈ ਬੱਚਿਆਂ ਨੂੰ। ਉਹਦੇ 'ਚ AC ਕਲਾਸਰੂਮ ਹੋਣਗੇ, ਉਹਦੇ ਸਪੈਸ਼ਲ ਫੈਸਿਲਿਟੀ ਹੋਣਗੀਆਂ, ਸਪੈਸ਼ਲ ਲੈਬਸ ਹੋਣਗੀਆਂ, ਜਿਹਦੇ ਨਾਲ ਸਿੱਖਿਆ ਦਾ ਮਿਆਰ ਬਹੁਤ ਉੱਚਾ ਜਾਏਗਾ। ਪਰ ਜਦੋਂ ਜ਼ਮੀਨੀ ਹਕੀਕਤਾਂ ਦੇਖਦੇ ਹਾਂ ਅਤੇ ਉੱਥੇ ਕੁਛ ਗੱਲ ਹੋਰ ਨਿਕਲਦੀ ਹੈ। ਅੱਜ ਆਪਾਂ ਡਿਸਕਸ ਕਰਾਂਗੇ ਸਕੂਲ ਦੇ ਵਿੱਚ ਇੱਥੋਂ ਦੀ ਮਾਣਯੋਗ SDM ਮੈਡਮ ਵੀਰਪਾਲ ਕੌਰ ਜੀ ਵੀ ਆਏ ਆ, ਉਹਨਾਂ ਨਾਲ ਵੀ ਮਿਲਾਂਗੇ, ਅਤੇ ਅਵਤਾਰ ਸਿੰਘ ਸੋਤਾ ਜੀ ਜਿਹੜੇ ਸਾਡੇ ਉਮੀਦਵਾਰ ਲੋਕ ਸਭਾ ਹਲਕਾ ਫਰੀਦਕੋਟ ਤੋਂ, ਉਹ ਗਰੀਬਾਂ ਲਈ ਹਮੇਸ਼ਾ ਸੰਘਰਸ਼ ਕਰ ਰਹੇ ਆ, ਨਾਲ ਮਜ਼ਦੂਰ ਭਾਈਚਾਰਾ ਖੜ੍ਹਾ। ਇਹਨਾਂ ਦੀ ਵੀ ਇੱਕ ਬੇਨਤੀ ਹੈ, ਇਹਨਾਂ ਨੇ ਦਸੰਬਰ 'ਚ ਇੱਥੇ ਕੰਮ ਸਟਾਰਟ ਕੀਤਾ ਸੀ ਅਤੇ ਅੱਜ 5ਵਾਂ ਮਹੀਨਾ ਹੋ ਕੇ ਦੁਨੀਆ ਦੇ ਵਿੱਚ ਦਸਤੂਰ ਹੈ ਮਜ਼ਦੂਰ ਦੀ ਮਜ਼ਦੂਰੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲਣੀ ਚਾਹੀਦੀ ਹੈ। ਪਰ ਇਸ ਤਰ੍ਹਾਂ ਨਹੀਂ, ਜਿਹੜੇ ਮਜ਼ਦੂਰ ਥੋੜ੍ਹੀ ਥੋੜ੍ਹੀ ਮਜ਼ਦੂਰੀ ਲੈ ਕੇ ਕੰਮ ਕਰਦੇ ਆ, ਜਿਨ੍ਹਾਂ ਦੇ ਚੁੱਲ੍ਹੇ ਬਲਦੇ ਆ, ਉਹਨਾਂ ਨੂੰ ਜਦੋਂ ਮਜ਼ਦੂਰੀ ਨਹੀਂ ਮਿਲਦੀ ਉਹ ਨਿਰਾਸ਼ ਹੋ ਜਾਂਦੇ ਆ। ਉਹ ਆਪਣੀ ਰੋਜ਼ੀ ਰੋਟੀ ਕਿੱਥੋਂ ਚਲਾਉਣਗੇ, ਆਪਣੀਆਂ ਘਰ ਦੀਆਂ ਜ਼ਰੂਰਤਾਂ ਬਿਮਾਰੀਆਂ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰਨ। ਆਪਾਂ ਮਿਲਦੇ ਹਾਂ ਸਰਦਾਰ ਅਵਤਾਰ ਸਿੰਘ ਸੋਤਾ ਜੀ ਨਾਲ, ਆਪਾਂ ਠੇਕੇਦਾਰਾਂ ਦੀਆਂ ਸਮੱਸਿਆਵਾਂ ਵੀ ਸੁਣਾਂਗੇ। ਜਿਹੜੇ ਅਵਤਾਰ ਸਿੰਘ ਸੋਤਾ ਜੀ ਬਾਰੇ ਮੈਂ ਦੱਸਦਿਆਂ, ਜਿਨ੍ਹਾਂ ਨੂੰ ਨਹੀਂ ਪਤਾ, ਸਰਦਾਰ ਅਵਤਾਰ ਸਿੰਘ ਸੋਤਾ ਜੀ ਜ਼ਮੀਨੀ ਪੱਧਰ ਤੋਂ ਉੱਠੇ ਹੋਏ, ਗਰੀਬੀ ਘਰ 'ਚ ਉੱਠ ਕੇ ਮਿਹਨਤ ਕਰਕੇ ਸਰਕਾਰੀ ਅਧਿਆਪਕ ਰਿਟਾਇਰ ਹੋਏ ਨੇ। ਇਹਨਾਂ ਨੇ ਰਿਕਸ਼ਾ ਵੀ ਚਲਾਇਆ, ਇਹ ਦੱਸਦੇ ਆ ਕਹਿੰਦਾ ਮੈਂ ਹਾੜੀਆਂ ਵੀ ਵੱਢੀਆਂ। ਇਹਨਾਂ ਨੇ ਟਰੱਕ ਲੋਡ ਅਨਲੋਡ ਕੀਤੇ ਆ, ਇਹਨਾਂ ਨੇ ਪੱਲੇਦਾਰੀ ਕੀਤੀ ਆ, ਇਹਨਾਂ ਨੂੰ ਗਰੀਬੀ ਦੇ ਹਾਲਾਤਾਂ ਦਾ ਪਤਾ ਹੈ। ਦੇਖੋ ਜੀ, ਅਸੀਂ 6ਵੀਂ ਤੋਂ 10ਵੀਂ ਤੱਕ ਇੱਥੇ ਪੜ੍ਹੇ ਹਾਂ, ਮੈਂ 82 'ਚ ਮੈਟ੍ਰਿਕ ਕੀਤੀ ਹੈ ਜੀ, ਔਰ ਲਗਭਗ ਪਿਛਲੇ 50 ਸਾਲ ਤੋਂ ਇੱਥੇ ਕੋਈ ਚਾਰ ਦੀਵਾਰੀ ਹੋਈ ਨਹੀਂ ਸੀ, ਬਜਟ ਆਇਆ ਨਹੀਂ ਸੀ ਕਦੇ। ਔਰ ਇਹ ਬਜਟ ਜਦੋਂ 26,04,000 ਦਾ ਆਇਆ, ਉਹ ਸਿਵਲ ਹਸਪਤਾਲ ਤੋਂ ਲੈ ਕੇ ਇੱਥੋਂ ਤੱਕ ਆਇਆ ਸੀਗਾ। ਔਰ ਇਹ ਜਿਹੜੇ ਮਜ਼ਦੂਰ ਖੜ੍ਹੇ ਆ ਮੇਰੇ ਨਾਲ, ਇਹ ਠੇਕੇਦਾਰ ਸਰਜੀਤ ਸਿੰਘ ਆ ਅਤੇ ਗੁਲਜ਼ਾਰ ਸਿੰਘ ਠੇਕੇਦਾਰ ਆ ਜਿਹੜੇ, ਇਹਨਾਂ ਨੇ ਇਹ ਠੇਕਾ ਲਿਆ ਔਰ ਉਹ ਕੰਮ ਸਿਰੇ ਚੜਾਇਆ। ਲਗਭਗ ਦਸੰਬਰ 'ਚ ਇਹ ਚਾਰ ਦੀਵਾਰੀ ਹੋ ਗਈ ਹੈ, ਅਤੇ ਮੈਂ ਅਸੀਂ ਇਸ ਚਾਰ ਦੀਵਾਰੀ ਦੇ ਵਿੱਚ ਉਦੋਂ ਵੀ ਇੱਕ ਥੋੜ੍ਹਾ ਜਿਹਾ ਅਸੀਂ ਪ੍ਰੈਸ 'ਚ ਲਿਆਂਦਾ ਸੀ ਕਿ ਇਹਦੇ 'ਚ ਪੁਰਾਣੀ ਇੱਟ ਲਾਈ ਜਾ ਰਹੀ ਹੈ, ਬਜਟ ਬਹੁਤ ਸੀ। ਪਰ ਭਾਵੇਂ ਚਲੋ ਪੁਰਾਣੀ ਇੱਟ ਵੀ ਆ, ਘੱਟੋ ਘੱਟ ਯਾਰ ਤੁਸੀਂ ਬਜਟ ਜਿਹੜਾ ਉਹਦੇ ਹਿਸਾਬ ਨਾਲ ਤਾਂ ਕੰਮ ਕਰ ਲਓ, ਸਰਕਾਰ ਹੋਰ ਬਜਟ ਦਿੰਦੀ ਆ, ਪੁਰਾਣੀ ਇੱਟ ਕਿਉਂ ਲਾਉਣੇ ਆ। ਚਲੋ ਇਹਨਾਂ ਮਜ਼ਦੂਰਾਂ ਦੀ ਮਜਬੂਰੀ ਸੀ, ਜਿਵੇਂ ਇਹਨਾਂ ਨੂੰ ਉਹ ਪ੍ਰਿੰਸੀਪਲ ਕਹਿੰਦੀ ਸੀ ਕੀ ਨਾਮ ਮੈਡਮ ਦਾ, ਮਨਿੰਦਰ ਕੌਰ। ਸੋ ਅੱਜ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਿੱਥੇ ਅਸੀਂ ਕਹਿੰਦੇ ਹਾਂ ਕਿ ਇੱਕ ਮਜ਼ਦੂਰ ਨੂੰ ਮਜ਼ਦੂਰੀ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜਾਣੀ ਚਾਹੀਦੀ ਹੈ, ਉਹ ਮੇਰਾ ਖਿਆਲ ਆ ਵੀ ਠੰਡ ਤੋਂ ਲੈ ਕੇ ਹੁਣ ਦੁਬਾਰਾ ਗਰਮੀ ਤੋਂ ਬਾਅਦ ਇਹਨਾਂ ਨੂੰ ਨਿਚੋੜਨਾ ਤਾਂ ਨਹੀਂ ਅਸੀਂ ਜੀ। ਇਹ ਵਾਰ ਵਾਰ ਪ੍ਰਿੰਸੀਪਲ ਕੋਲ ਜਾਂਦੇ ਆ, DO ਸਾਹਿਬ ਕੋਲ ਜਾਂਦੇ ਆ, ਇਹਨਾਂ ਦੀ ਅਜੇ ਤੱਕ ਪ੍ਰੋਪਰ ਪੂਰੀ ਮਜ਼ਦੂਰੀ ਨਹੀਂ ਦਿੱਤੀ ਗਈ। ਸੋ ਅੱਜ ਇਹ ਵੀਰ ਮੇਰੇ ਕੋਲ ਗਏ ਸੀਗੇ ਘਰ, ਕਿਉਂਕਿ ਮੈਂ ਇਲੈਕਸ਼ਨ ਲੜ ਰਿਹਾ, ਮੈਂ ਵੀ ਬੜਾ ਸ਼ਡਿਊਲ ਬਿਜੀ ਆ, ਮੈਂ ਮਸਾਂ ਇਹਨਾਂ ਲਈ ਟਾਈਮ ਇੱਥੇ ਕੱਢ ਕੇ ਆਇਆ। ਅਤੇ ਅੱਜ ਕੁਦਰਤੀ ਅਸੀਂ SDM ਸਾਹਿਬ ਦੇ ਦਫ਼ਤਰ ਗਏ, ਉੱਥੇ ਮੈਡਮ ਨਹੀਂ ਮਿਲੇ ਸਕੂਲ 'ਚ, ਮਿਲ ਕੇ ਸਾਨੂੰ ਉਹਨਾਂ ਨੇ ਹੁਣ ਇਹ ਡਿਊਟੀ ਲਾਈ ਹੈ, ਉਹਨਾਂ ਨੇ DO ਸਾਹਿਬ ਨੂੰ ਵੀ ਪੁੱਛਿਆ, ਮੈਡਮ ਨੂੰ ਵੀ ਪੁੱਛਿਆ, ਵਰਸ਼ਨ ਇੱਥੇ ਅੜਿਆ ਖੜਾ ਵੀ ਮੈਡਮ ਕਹਿੰਦੀ ਆ ਕਿ DO ਪਹਿਲਾਂ ਪ੍ਰਵਾਨਗੀ ਦੇਵੇ ਫਿਰ ਮੈਂ ਚੈੱਕ ਕੱਟਾਂ। ਉਹ DO ਸਾਹਿਬ ਕਹਿੰਦੇ ਤੂੰ ਚੈੱਕ ਕੱਟ ਦੇ, ਪ੍ਰਵਾਨਗੀ ਮੈਂ ਦੇ ਦੂੰ। ਉਹ ਇਹ ਦੋਨਾਂ ਦੇ ਵਿਚਾਲੇ ਗੱਲ ਰਹੀ ਹੈ ਜੀ। ਚਾਹੀਦਾ ਤਾਂ ਇਹ ਹੈ ਜੇ ਮੈਡਮ ਪ੍ਰਵਾਨਗੀ ਮੰਗਦੀ ਹੈ
ਤੇ ਡੀਓ ਨੂੰ ਪ੍ਰਵਾਨਗੀ ਦੇ ਦੇਣੀ ਚਾਹੀਦੀ ਹੈ ਤੇ ਮੈਡੀਕਲ ਚੈੱਕ ਇਹ ਪ੍ਰਿੰਸੀਪਲ ਚੈੱਕ ਜਾਰੀ ਕਰ ਦੇ ਇਹਨਾਂ ਵਿਚਾਰਾਂ ਦੇ ਘਰੇ ਚੁੱਲ੍ਹੇ ਜਿਹੜੇ ਬਲਦੇ ਹੋ ਜਾਣਗੇ ਔਰ ਇਹ ਜਿਹੜੇ ਨਿੱਕੇ ਨਿੱਕੇ ਠੇਕੇਦਾਰ ਆ ਇਹ ਵਿਚਾਰੇ ਆਪਦੇ ਪੱਲਿਓ ਇਹਨਾਂ ਮਜ਼ਦੂਰਾਂ ਨੂੰ ਰੋਜ਼ ਮਜ਼ਦੂਰੀ ਯਾਰ ਕਿੱਥੋਂ ਕਿੰਨੀ ਕੁ ਦੇ ਦੇਣਗੇ ਇਹ ਐਡਾ ਵੱਡਾ ਬਜਟ ਆ ਇਹ ਸੋ ਜਿੱਥੇ ਇਹਨਾਂ ਮਜ਼ਦੂਰਾਂ ਦੀ ਸਮੱਸਿਆ ਮੈਂ ਇਹਨਾਂ ਮਜ਼ਦੂਰਾਂ 'ਚੋਂ ਨਿਕਲਿਆ ਇੱਥੇ ਹੀ ਅਸੀਂ ਜੰਮੇ ਪੜੇ ਹਾਂ ਔਰ ਆ ਵੱਡੀ ਸਮੱਸਿਆ ਕਿੱਥੇ ਸਕੂਲ 'ਚ ਆ ਕੇ ਹੋਰ ਪਤਾ ਲੱਗਿਆ ਕਿਉਂਕਿ ਜਦੋਂ ਮੈਂ ਇੱਥੇ ਪੜਾਉਂਦਾ ਸੀ ਉਦੋਂ ਇੱਕ ਬੜਾ ਵੱਡਾ ਇੱਧਰ ਸ਼ੈੱਡ ਬਣਿਆ ਹੋਇਆ ਸੀ ਬੱਚੇ ਬਹਿ ਕੇ ਖਾਣਾ ਖਾਂਦੇ ਸੀ ਜੀ ਔਰ ਉਹ ਸ਼ੈੱਡ ਦੇ ਵਿੱਚ ਬੜਾ ਸ਼ਾਨਦਾਰ ਸੀ ਪੱਖੇ ਪੁੱਖੇ ਲੱਗੇ ਸੀ ਅੱਜ ਮੈਂ ਆ ਕੇ ਹੈਰਾਨ ਹੋ ਗਿਆ ਜਦੋਂ ਯਾਰ ਸਾਡੀਆਂ ਗਰੀਬ ਘਰਾਂ ਦੀਆਂ ਔਰਤਾਂ ਇਹਨਾਂ ਭੱਠੀਆਂ 'ਤੇ ਆ ਕੇ ਗਰਮੀ 'ਚ ਆਹ ਦੇਖੋ ਇੱਥੇ ਕੋਈ ਸ਼ੈੱਡ ਨਹੀਂ ਹੈ ਕੋਈ ਹਵਾ ਦਾ ਪ੍ਰਬੰਧ ਨਹੀਂ ਕੋਈ ਪਾਣੀ ਦਾ ਪ੍ਰਬੰਧ ਨਹੀਂ ਅੱਜ ਇਹ ਬੀਬੀਆਂ ਆ ਕੇ ਇੱਥੇ ਇੰਨੀ ਅੱਜ 48 ਡਿਗਰੀ ਟੈਂਪਰੇਚਰ ਹੈ ਔਰ ਇੰਨੇ ਟੈਂਪਰੇਚਰ 'ਚ ਭਾਵੇਂ ਅੱਜ ਛੁੱਟੀਆਂ ਪਰ ਇਹ ਸ਼ੈੱਡ ਤਾਂ ਇੱਥੇ ਯਾਰ ਪ੍ਰੋਪਰ ਹੋਣਾ ਇਨਸਾਨੀਅਤ ਦੇ ਨਾਤੇ ਇਹ ਵੀ ਗਰੀਬ ਘਰਾਂ ਦੀਆਂ ਸਾਡੀਆਂ ਕੁੜੀਆਂ ਬੀਬੀਆਂ ਕੱਲ੍ਹ ਨੂੰ ਜੇ ਬਿਮਾਰ ਹੋ ਗਈਆਂ ਮਰ ਗਈਆਂ ਤਾਂ ਪ੍ਰਿੰਸੀਪਲ ਨੇ ਤਾਂ ਨਹੀਂ ਕੁਛ ਦੇਣਾ ਇਹਨਾਂ ਨੂੰ ਪ੍ਰੋਪਰ ਸ਼ੈੱਡ ਚਾਹੀਦਾ ਆਹ ਦੇਖੋ ਆਹ ਤੁਹਾਡੇ ਪਿੱਛੇ ਇੱਕ ਸ਼ੈੱਡ ਹੈ ਜਾਂ ਹੋਰ ਸ਼ੈੱਡ ਹੈ ਇੰਨਾ ਬਜਟ ਆ ਸਕੂਲ ਕੋਲ ਕਿਸੇ ਪਾਸੇ ਯਾਰ ਇਹਨਾਂ ਦੇ ਪ੍ਰੋਪਰ ਰੋਟੀ ਪਕਾਉਣ ਗਰਮੀ 'ਚ ਮਰਨਾ ਦੁਪਹਿਰੇ ਬੱਚਿਆਂ ਨੇ ਖਾਣਾ ਹੁੰਦਾ ਇੰਨੇ ਟੈਂਪਰੇਚਰ 'ਚ ਖਾਣਾ ਬਣਾਉਣਗੀਆਂ ਇਹ ਵੀ ਜਿਹੜਾ ਇੱਕ ਦਿਨ ਹੱਥ ਧੋ ਜਾਣਗੀਆਂ ਸੋ ਮੈਂ ਪ੍ਰਿੰਸੀਪਲ ਨੂੰ ਵੀ ਕਹਿੰਦਾ ਪ੍ਰਸ਼ਾਸਨ ਨੂੰ ਵੀ ਕਹਿੰਦਾ ਇਸ ਸਕੂਲ ਵੱਲ ਧਿਆਨ ਦਿਓ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਕਹਿੰਦਾ ਹੁਣ ਮੈਡਮ ਨੇ ਸਾਨੂੰ ਕਿਹਾ ਕਿ ADC ਸਾਹਿਬ ਨਾਲ ਮੇਰੀ ADC ਸਾਹਿਬ ਨੂੰ ਮੈਂ ਕਹਿ ਦਿੰਦੀ ਹਾਂ ਉਹਨੂੰ ਜਾ ਕੇ ਮਿਲੋ ਇਹਨਾਂ ਦੀ ਮਜ਼ਦੂਰੀ ਵਾਸਤੇ ਜੀ ਉਹ ਇਹਨਾਂ ਦੀ ਮਜ਼ਦੂਰੀ ਵਾਸਤੇ ਅਸੀਂ ADC ਸਾਹਿਬ ਨੂੰ ਤਾਂ ਮਿਲਾਂਗੇ ਇਹਨਾਂ ਨੂੰ ਮਜ਼ਦੂਰੀ ਦੇਊ ਕੌਣ ਆ ਜੀ ਅਸੀਂ ਤਾਂ ਸਿੱਧੀ ਜੀ ਗੱਲ ਆ ਇਲੈਕਸ਼ਨ ਚੱਲਦਾ ਜੇ ਇਹਨਾਂ ਨੇ ਕੱਲ੍ਹ ਨੂੰ ਸੋਮਵਾਰ ਤੱਕ ਸਾਨੂੰ ਪੈਸੇ ਨਾ ਦਿੱਤੇ ਅਸੀਂ ਇਹ ਤਾਂ ਬੱਚੇ ਪਰਿਵਾਰ ਸਮੇਤ ਆ ਕੇ ਇੱਥੇ ਗਰਮੀ ਦੇ ਵਿੱਚ ਆ ਸਕੂਲ ਦੇ ਸਾਹਮਣੇ ਧਰਨਾ ਲਾਵਾਂਗੇ ਜੀ ਠੀਕ ਹੈ ਜੀ ਅਤੇ ਬਾਕੀ ਆ ਆਹ ਬੀਬੀਆਂ ਨੂੰ ਪੁੱਛੋ ਇਹਨਾਂ ਦੀ ਸਮੱਸਿਆ ਕਿੰਨੀ ਤਨਖਾਹ ਮਿਲਦੀ ਹੈ 3000 ਰੁਪਇਆ ਮਹੀਨਾ ਮਤਲਬ ਕਿ 100 ਰੁਪਇਆ ਹਰ ਰੋਜ਼ ਮਿਲਦਾ ਜਿਹੜੇ ਸਾਡੇ ਲੀਡਰ ਆ ਇਹਨਾਂ ਦੀਆਂ ਆਪਣੀਆਂ ਤਨਖਾਹਾਂ ਇਹਨਾਂ ਦੇ ਪਤੇ ਇਹਨਾਂ ਦੀਆਂ ਸਹੂਲਤਾਂ ਵੇਖੀਏ ਅਤੇ ਕੰਮ ਕਰਨ ਵਾਲੇ ਬੰਦਿਆਂ ਨੂੰ ਵੇਖੀਏ ਜਾਂ ਆਪਾਂ ਲੇਬਰ ਐਕਟ ਵੇਖੀਏ ਹੁੰਦੇ ਆ ਪੰਜਾਬ ਸਰਕਾਰ ਦੀ ਜਿਹੜੀ ਮੰਤਰੀ ਹੈ ਬੀਬੀ ਨੂੰ ਮੈਂ ਕਈ ਵਾਰ ਲੈਟਰ ਵੀ ਲਿਖੇ ਆ ਜਿਹੜੇ ਘੱਟੋ ਘੱਟ ਉਜਰਤ ਰੇਟ ਹੈ DC ਰੇਟ ਹੈ ਉਹ ਤਾਂ ਮਿਲਣ ਪੰਜਾਬ ਸਰਕਾਰ ਨੇ ਜਦੋਂ ਵੋਟਾਂ ਲੈਣੀਆਂ ਸੀ ਸਰਦਾਰ ਸੰਧਵਾਂ ਵੀ ਬਹੁਤ ਵੱਡੀ ਗੱਲ ਕਰਦੇ ਸੀ ਉਹ ਵੀ ਸਕੂਲਾਂ ਦੇ ਵਿੱਚ ਜਾ ਕੇ ਬੀਬੀਆਂ ਨੂੰ ਮਿਲਦੇ ਸੀ ਉਹਨਾਂ ਦੀ ਮਿੱਠ ਬੋਲੀ ਮਗਰ ਲੋਕ ਲੱਗ ਜਾਂਦੇ ਆ ਉਹਨਾਂ ਨੇ ਹਲੇ ਤੱਕ 2.5 ਸਾਲ ਹੋ ਗਏ ਸਰਕਾਰ 'ਚ ਕੋਈ ਐਕਸ਼ਨ ਨਹੀਂ ਲਿਆ ਲੇਬਰ ਐਕਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਲੇਬਰ ਐਕਟ ਇੱਥੇ ਜਮ੍ਹਾਂ ਲਾਗੂ ਨਹੀਂ ਬਲਕਿ ਉਹਨਾਂ ਦਾ 8 ਘੰਟੇ ਦਾ ਟਾਈਮ ਵਧਾ ਕੇ 12 ਘੰਟੇ ਕਰਤਾ ਹੁਣ ਵੀਰੋ ਤੁਸੀਂ ਫੈਸਲਾ ਕਰੋ ਵੀ 3000 ਰੁਪਏ ਨਾਲ ਕੀ ਬਣਦਾ ਜੇ ਗਰੀਬ ਬੰਦਾ ਹੜਤਾਲ ਕਰੂਗਾ ਸੜਕ ਰੋਕੂਗਾ ਜਾਂ ਵੈਸੇ ਹੀ ਸ਼ਾਂਤੀ ਨਾਲ ਪ੍ਰਦਰਸ਼ਨ ਕਰੂਗਾ ਉਹ ਖਾਊਗਾ ਕੀ ਇਹ ਸਾਡੀਆਂ ਮਜਬੂਰੀਆਂ ਨੰਬਰ 2 ਜਿਹੜਾ ਇਹਨਾਂ ਤੋਂ ਰਿਟਰਨ ਲਿਆ ਜਾਂਦਾ ਉਹ 'ਤੇ ਲਿਖਾਇਆ ਜਾਂਦਾ ਤੁਸੀਂ ਟੈਂਪਰੇਰੀ ਹੋ ਤੁਹਾਨੂੰ ਜਦੋਂ ਮਰਜ਼ੀ ਲੱਤ ਮਾਰੀ ਜਾ ਸਕਦੀ ਹੈ ਇਹ ਵਿਚਾਰਿਆਂ ਦੀਆਂ ਮਜਬੂਰੀਆਂ ਹੁੰਦੀਆਂ ਮੈਂ ਤਾਂ ਅੱਜ ਇਹਨਾਂ ਦੇ ਹੌਸਲੇ ਨੂੰ ਦੱਸ ਦਿੰਦਾ ਸਾਡੇ ਚੈਨਲ ਅੱਗੇ ਆ ਕੇ ਇਹਨਾਂ ਨੇ ਸਾਨੂੰ ਆਪਣਾ ਵਰਸ਼ਨ ਦਿੱਤਾ ਸਾਹਮਣੇ ਆਇਆ ਔਰ ਆਉਣਾ ਚਾਹੀਦਾ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਆਪਣੇ ਬੱਚਿਆਂ ਲਈ ਲੜਨਾ ਚਾਹੀਦਾ ਆਪਾਂ ਮਿਲਦੇ ਹਾਂ ਹਾਂਜੀ ਭੈਣ ਜੀ ਤੁਹਾਡਾ ਕੀ ਨਾਂ ਜੀ ਅਮਨਦੀਪ ਜੀ ਅਮਨਦੀਪ ਜੀ ਹਾਂਜੀ ਤੁਹਾਡੀ ਕੀ ਸਮੱਸਿਆ ਭੈਣ ਜੀ ਸਾਨੂੰ ਧੁੱਪ ਬਹੁਤ ਆ ਜੀ ਖਾਣੇ ਦਾ ਬਹੁਤ ਔਖਾ ਇੱਕ ਪਾਣੀ ਦਾ ਬਹੁਤ ਔਖਾ ਅਤੇ ਆ ਖਾਣਾ ਇੱਥੇ ਧੁੱਪੇ CA ਬਣਾਉਂਦੇ ਹਾਂ ਨਾ ਹੀ ਕੋਈ ਲਾਈਟ ਦਾ ਪ੍ਰਬੰਧ ਇੱਥੇ ਪੱਖਾ ਉੱਧਰ ਲਾਈਦਾ ਕਦੇ ਇੱਧਰ ਚੱਕ ਕੇ ਲਿਆਈਦਾ ਕਦੇ ਉੱਧਰ ਲਿਜਾਈਦਾ ਵਾਹਿਗੁਰੂ ਹਾਂਜੀ
ਹਾਂਜੀ ਭੈਣ ਜੀ ਤੁਹਾਡਾ ਹੀ ਕਹਿਣਾ ਜੀ। ਇਹ ਹੈ ਵੀਰ ਜੀ ਸਾਡੇ, ਅਸੀਂ ਬਹੁਤ ਸਾਡਾ ਬੁਰਾ ਹਾਲ ਹੁੰਦਾ। ਛੁੱਟੀ ਤੋਂ ਪਹਿਲਾਂ ਅਸੀਂ ਖਾਣਾ ਤਿਆਰ ਕਰਨਾ ਹੁੰਦਾ, 10 ਵਜੇ ਹੀ ਧੁੱਪ ਆ ਜਾਂਦੀ। ਸਾਡਾ ਬਹੁਤ ਬੁਰਾ ਹਾਲ ਹੈ ਇੱਥੇ। ਹਰ ਇਕੱਲੇ ਕੋਟਕਪੂਰਾ ਸਕੂਲ 'ਚ ਸਮੱਸਿਆ ਨਹੀਂ ਖਾਣੇ ਵਾਲਿਆਂ ਦੀ, ਇਹ ਸਾਰੇ ਪੰਜਾਬ ਦੇ ਵਿੱਚ ਬਹੁਤੇ ਸਕੂਲਾਂ 'ਚ ਇਹ ਖਾਣਾ ਬਣਾਉਣ ਵਾਲੀਆਂ ਬੀਬੀਆਂ ਦੀ ਸਮੱਸਿਆ ਹੈ ਜੀ। ਦੇਖੋ ਇੱਥੇ ਜਦੋਂ ਆਪਾਂ ਆਪਣੀਆਂ ਘਰਾਂ ਦੀਆਂ ਰਸੋਈਆਂ 'ਚ ਕਿਰਲੀਆਂ ਤੋਂ ਮੱਖੀਆਂ ਤੋਂ ਪ੍ਰਬੰਧ ਕਰਦੇ ਹਾਂ, ਉਹ ਇੱਥੇ ਯਾਰ ਆ ਜੰਗਲ ਬਣਿਆ ਪਿਆ, ਇੱਥੇ ਦਾ ਸੱਪ ਸਪੂਲੀ ਕਦੇ ਵੀ ਨਿਕਲ ਸਕਦੀ ਹੈ, ਕੋਈ ਵੀ ਚੀਜ਼ ਅੜ ਆ ਸਕਦੀ ਹੈ। ਸੋ ਗੱਲ ਇਹ ਹੈ ਕਿ ਆਪਾਂ ਪੰਜਾਬ ਸਰਕਾਰ ਦੇ ਇਹਨਾਂ ਗੱਪੀਆਂ ਤੋਂ ਕੋਈ ਆਸ ਨਾ ਰੱਖੀਏ। ਇਹ ਤਾਂ ਸਿਰਫ ਸਾਡੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਰੰਤ ਜਿੱਥੇ ਵੀ ਸਕੂਲ, ਕਿਸੇ ਵੀ ਸਕੂਲ 'ਚ ਖਾਣਾ ਬਣਾਉਣ ਦਾ ਕੰਮ ਹੈ, ਉੱਥੇ ਜਿਹੜਾ ਪ੍ਰੋਪਰ ਸ਼ੈੱਡ ਬਣੇ, ਪ੍ਰੋਪਰ ਪਾਣੀ ਦਾ ਪ੍ਰਬੰਧ ਹੋਵੇ, ਹਵਾ ਹੋਵੇ, ਉੱਥੇ ਬੱਚਿਆਂ ਦੇ ਖਾਣਾ ਖਾਣ ਲਈ ਵੀ ਪ੍ਰੋਪਰ ਥਾਂ ਹੋਵੇ। ਆਹ ਬੱਚਿਆਂ ਦੇ ਖਾਣ ਲਈ, ਖਾਣਾ ਖਾਣ ਲਈ ਇੱਕ ਖੁੱਡਾ ਜਿਹਾ, ਆਹ ਕਮਰਾ ਇੱਕ ਖੁੱਡਾ ਜਿੱਥੇ ਕਿ ਕੋਈ ਵੀ ਹਵਾ ਨਹੀਂ ਹੈ। ਇਹ ਨਾਂ ਦਾ ਹੀ ਸਕੂਲ ਐਮੀਨੈਂਸ ਹੈ ਦੋਸਤੋ, ਇਹ ਨਾਂ ਦਾ ਹੀ ਐਮੀਨੈਂਸ ਸਕੂਲ ਹੈ। ਸਕੂਲ ਉਹੀ ਆ ਜਿੱਥੇ ਅਸੀਂ ਨਿੱਕੇ ਹੁੰਦੇ ਪੜ੍ਹੇ ਹਾਂ, ਇੱਕ ਨਾਂ ਐਮੀਨੈਂਸ ਲਿਖਤਾ, ਸਰਕਾਰ ਨੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ। ਉੱਧਰ ਕੈਮਰਾ ਮਾਰੋ, ਦੇਖੋ ਸਕੂਲ ਦੇ ਵਿੱਚ ਰੌਕ ਸਟਰੋਂਗ ਸੀਮੈਂਟ ਦੀ ਮਸ਼ਹੂਰੀ ਕੀਤੀ ਹੈ। ਇਹਨਾਂ ਨੇ ਪੈਸੇ ਲਏ ਇਹਨਾਂ ਤੋਂ ਪੈਸੇ ਲਏ ਆ ਸਕੂਲ 'ਚ ਇਸ਼ਤਿਹਾਰ ਲਾਉਣ ਦੇ, ਨਹੀਂ ਤਾਂ ਇਹ ਕੋਈ ਅਧਿਕਾਰ ਨਹੀਂ ਹੈ ਕਿਸੇ ਵੀ ਸਰਕਾਰੀ ਬਿਲਡਿੰਗ ਦੇ ਵਿੱਚ ਇਸ ਕਿਸਮ ਦਾ ਕੋਈ ਇਸ਼ਤਿਹਾਰਬਾਜ਼ੀ ਕਰਨ ਦਾ। ਬਿਲਕੁਲ ਜੀ, ਇੱਥੇ ਚੰਗੀਆਂ ਕੋਟੇਸ਼ਨਾਂ ਲਿਖੀਆਂ ਜਾ ਸਕਦੀਆਂ। ਬਿਲਕੁਲ ਜੀ ਜੀ ਜੀ, ਆਪਾਂ ਦੇਖਦੇ ਹਾਂ ਜੀ ਇਹਨੂੰ ਸਕੂਲ ਆਫ ਐਮੀਨੈਂਸ, ਜਿਹਦਾ ਬਹੁਤ ਮਾਣ ਕਰਦੀ ਹੈ ਸਰਕਾਰ। ਜਿਹੜੇ ਆਪਣੇ ਕੁਲਤਾਰ ਸਿੰਘ ਜੀ ਸੰਧਵਾਂ ਜੀ ਹੈ, ਉਹਨਾਂ ਨੇ ਕਹਿੰਦੇ ਉਪਰਾਲਾ ਕੀਤਾ ਸੀ ਇਲਾਕੇ ਲਈ। ਆਹ ਦੇਖੋ ਇੱਥੇ ਪੱਖੇ ਦਿਖਾਓ ਕਿੰਨੇ ਲੱਗੇ, ਏ ਸੀ ਵਿਖਾ ਦਿਓ, ਏ ਸੀ ਵਿਖਾ ਦਿਓ। ਆਹ ਦੇਖ ਲਓ ਪੱਖਾ ਲੱਗਿਆ ਜੀ, ਆਹ ਦੇਖ ਲਓ ਇੱਕ ਪੱਖਾ ਲੱਗਿਆ, ਆਹ ਦੇਖੋ ਬੁਰਾ ਹਾਲ, ਆਹ ਦੇਖ ਲਓ ਇੱਧਰ ਕਵਰ ਕਰੋ ਸਰ, ਇਹਨੂੰ ਕਵਰ ਕਰੋ ਜੀ, ਆਹ ਸਾਡਾ ਜਿਹੜਾ ਹਾਲ। ਅੱਛਾ ਤੁਹਾਡਾ ਮੇਨ ਕੰਮ ਕੀ ਹੈ? ਮੇਰਾ ਮੇਨ ਜੀ ਜਿਹੜੀ ਜਿੰਨੀ ਦੀਵਾਰ ਤੜਾਈ ਹੋਈ ਆ ਜੀ, ਉਹਦਾ ਠੇਕੇ ਯਾਰ ਮੈਡਮ ਨੇ ਮੈਨੂੰ ਦਿੱਤਾ ਜੀ, ਮੈਂ ਸਾਰਾ ਭੰਨਿਆ ਜੀ। ਉਹ ਕੋਈ ਲਿਖਤੀ ਹੋਇਆ ਸੀ ਤੁਹਾਡਾ? ਨਹੀਂ, ਲਿਖਤੀ ਰੂਪ 'ਚ ਨਹੀਂ, ਉਹ ਗੱਲਾਂ 'ਚ ਹੀ ਆ ਜੀ। ਠੀਕ ਆ ਵੀ ਇੰਨੇ ਪੈਸੇ ਦੇਵਾਂਗੇ? ਹਾਂ ਠੀਕ ਆ। ਉਹਦਾ ਮੇਰਾ ਅਜੇ ਤਿੱਕਰ 66,000 ਰੁਪਇਆ ਖੜਾ। 66,000 ਰੁਪਇਆ? ਹਾਂ। ਇਹ ਪੇਮੈਂਟ ਮੋੜ ਕੀ ਸੀ, ਕਿਵੇਂ ਤੁਹਾਨੂੰ ਕਿਹੜੇ ਹਿਸਾਬ ਨਾਲ ਪੈਸੇ ਦਿੰਦੇ ਸੀ? ਇਹ ਇਹਨਾਂ 'ਚ ਗੱਲ ਤਾਂ ਇਹ ਸੀ ਵੀ ਤੁਹਾਡੇ ਅਸੀਂ ਖਾਤੇ 'ਚ ਪਾ ਦਿਆਂਗੇ ਜੀ, ਅਤੇ ਸਾਡੇ ਖਾਤੇ 'ਚ ਅਜੇ ਤਾਂ ਨਹੀਂ ਪਏ। ਤੁਹਾਡੇ ਕੋਲ ਕਿੰਨੀ ਲੇਬਰ ਕੰਮ ਕਰਦੀ ਹੈ ਜੀ ਉਸ ਸਮੇਂ? ਕਰਦੀ ਲੇਬਰ ਸਾਡੇ ਜੀ ਉਵਾਂ ਲੇਬਰ ਦਾ ਕੋਈ ਕਿਸੇ ਦੇ 10 ਹੋ ਗਏ। ਹਾਂ, ਕੰਮ ਦੇ ਹਿਸਾਬ ਨਾਲ ਘੱਟ ਵੱਧ ਜਾਂਦੀ ਹੈ? ਘੱਟ ਵੱਧ ਜਾਂਦੀ ਹੈ। ਹਾਂ ਜੀ। ਤੇ ਫਿਰ ਜਦੋਂ ਇਹਨਾਂ ਨੇ ਵੀ ਚੁੱਲ੍ਹੇ ਆਪਣੇ ਬਾਲਣੇ ਹੁੰਦੇ ਸ਼ਾਮ ਨੂੰ, ਬਿਲਕੁਲ ਘਰ ਦੇ ਖਰਚੇ ਆ, ਬੱਚਿਆਂ ਦੇ ਖਰਚੇ ਆ, ਬਿਮਾਰੀਆਂ ਦੇ ਖਰਚੇ ਆ, ਸਾਰੀ ਚੀਜ਼ ਦਾ ਖਰਚਾ, ਉਹ ਤੁਹਾਡੇ ਤੋਂ ਪੈਸੇ ਮੰਗਣਗੇ ਜਦੋਂ ਕੰਮ ਤੁਹਾਡੇ ਕੋਲ ਕਰਿਆ? ਤੇ ਫਿਰ ਤੁਸੀਂ ਇਹਦੀ ਪੇਮੈਂਟ ਕਿਵੇਂ ਕਰਦੇ ਹੋ? ਅਸੀਂ ਵਿਆਜੂ ਲੈ ਚੱਕੇ ਦਿੱਤੇ ਜੀ ਪੈਸੇ। ਹਾਂਜੀ, ਜਿਹਨਾਂ ਦਾ ਜੀ 5,000 ਬਣਦਾ ਸੀ ਲੇਬਰ ਦੇ ਬੰਦੇ ਦਾ ਜੀ, ਉਹਨੂੰ ਖਰਚਾ ਸੀ ਕਿੰਨਾ ਕੁ, 1,500 ਦਿੱਤਾ, ਦੂਜੇ ਦਾ ਜੇ ਖੜੇ ਵਿਚਾਰੇ ਕਿੱਥੋਂ ਖਾਣ ਉਹ ਜੀ ਜੀ। ਇਸ ਕਰਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਪੇਮੈਂਟ ਹੋਵੇ, ਅਸੀਂ ਕੀ ਮਾੜਾ ਕਰਤਾ ਸਾਰੀਆਂ ਕੰਧਾਂ ਢਾਈਆਂ, ਇੱਟਾਂ ਛਾਂਗੀਆਂ, ਚੱਠੇ ਰਾਲਾ ਦਿੱਤੇ ਇਹਨਾਂ ਨੂੰ। ਠੀਕ ਹੈ, ਹੁਣ ਤੁਹਾਡਾ ਸਾਰਾ ਕੰਮ ਕੰਪਲੀਟ ਹੈ ਜੀ? ਹਾਂ, ਸਾਡਾ ਕੰਮ ਖਤਮਾ। ਤਾਂ ਹੀ ਆਪਾਂ ਇਹ ਕਹਿੰਦੇ ਜਦੋਂ ਆਪਾਂ ਕੰਮ ਕਰਕੇ ਦਈਏ ਪੈਸੇ ਲੈਣ ਦੇ ਤਾਂ ਹੀ ਹੱਕਦਾਰ ਆਣਾ ਜੀ, ਇਹ ਤਾਂ ਨਿਯਮ ਤਾਂ ਇਹੀ ਹੈ ਨਾ? ਹਾਂਜੀ ਹਾਂ, ਆਪਾਂ ਆਪਦੇ ਨਿਯਮ ਧਰੀਏ, ਤੇ ਜਿਹੜਾ ਮਾਲਕ ਆਪਾਂ ਨੂੰ ਰੁਜ਼ਗਾਰ ਦੇ ਰਿਹਾ ਉਹ ਆਪਦੇ ਨਿਯਮ ਤੇਰੇ। ਬਿਲਕੁਲ, ਵੈਸੇ ਤਾਂ ਇਨਸਾਨੀਅਤ ਨਾਲ ਤਾਂ ਕਰਨਾ ਚਾਹੀਦਾ। ਹਾਂਜੀ ਡੀ ਸਾਹਿਬ, ਜਦੋਂ ਮੈਨੂੰ ਇਹਨਾਂ ਗੱਲਾਂ ਦਾ ਪਤਾ ਲੱਗਦਾ ਬਹੁਤ ਗੁੱਸਾ ਲੱਗਦਾ। ਕਿਉਂ ਲੱਗਦਾ? ਜਦੋਂ ਕੋਈ ਨਵਾਂ ਜਿਹਾ ਮੁੰਡਾ IPS IAS PCS ਭਰਤੀ ਹੁੰਦਾ, ਲੋਕ ਨਾ ਵਧਾਈਆਂ ਦੇਣ ਚਲੇ ਜਾਂਦੇ ਆ,
ਹਾਰ ਪਾਉਣਗੇ। ਮੈਂ ਥੱਲੇ ਟਿੱਪਣੀ ਕਰਦਾ ਉਹਨਾਂ ਵੀ ਇਹਨੇ ਕੰਮ ਨਹੀਂ ਕਰਨਾ ਬਾਅਦ 'ਚ, ਇਹ ਅਹੁਦਾ ਸਰਕਾਰੀ ਅਹੁਦਾ, ਇਹ ਕੰਮ ਆ ਵੀਰ ਜੀ ਡੀ ਡੀ ਸਾਹਿਬ ਤੁਹਾਡਾ, ਤੁਸੀਂ ਪ੍ਰਸ਼ਾਸਨਿਕ ਅਧਿਕਾਰੀ ਹੋ, ਇਹਨੂੰ ਮੋਨੀਟਰ ਕਰਨਾ, ਇਹ ਸਕੂਲ ਆਫ ਐਮੀਨੈਂਸ ਹੈ ਅਤੇ ਪੰਜਾਬ ਸਰਕਾਰ ਇਸ 'ਤੇ ਇਹਨੂੰ ਮੋਨੀਟਰ ਕਰ ਰਹੀ ਹੈ, ਹਾਲੇ ਤੱਕ ਤਾਂ ਭਾਵੇਂ ਨਹੀਂ ਗੌਰ ਕਰਿਆ। ਸੰਧਵਾਂ ਸਾਹਿਬ ਵੀ ਹੁਣ ਇਸ ਗੱਲ 'ਤੇ ਐਕਸ਼ਨ ਲੈਣਗੇ।